ਉਹ ਥੱਪੜ ਥੱਪੜ 'ਚ ਫਰਕ ਆ। ਇਸ ਥੱਪੜ ਦੀ ਗੂੰਜ ਦੁਨੀਆ ਭਰ ਗਈ ਆ ਵੀ ਇੱਕ ਮਾਈ ਭਾਗੋ ਬਣ ਕੇ ਟੱਕਰੀ ਆ। ਇੱਕ ਔਰਤ ਨੇ ਉਸ ਦੀ ਨਲਾਇਕੀ ਦਾ ਜਵਾਬ ਦਿੱਤਾ। ਹੋ ਸਕਦਾ ਕਿ ਉਹਨੂੰ ਨੌਕਰੀ ਤੋਂ ਵੀ ਲਾਹ ਦਿੱਤਾ ਜਾਵੇ, ਕੀ ਲੱਗਦਾ ਵੀ ਜੇ ਨੌਕਰੀ ਤੋਂ ਲਾਹਤਾ ਤਾਂ ਉਹਨੇ ਨੌਕਰੀ ਆਪਣੀ ਜੋਖਮ ਵਿੱਚ ਪਾ ਲਈ? ਇਹ ਨੌਕਰੀਆਂ ਅਤੇ ਇਹ ਜਿਹੜੀਆਂ ਵੱਡੇ ਵੱਡੇ MLA ਜਾਂ ਅਹੁਦੇ ਨੇ, ਇਹ ਸਾਡੀਆਂ ਜੁੱਤੀ ਦੀਆਂ ਨੋਕਾਂ ਨੇ ਇਮਤਿਆਜ਼। ਇੱਕ ਵੀਡੀਓ ਹੁੰਦੀ ਹੈ ਕੰਗਣਾ ਦੀ ਘਟਨਾ ਤੋਂ ਬਾਅਦ ਦੀ, ਉਹਦੇ ਵਿੱਚ ਵੀ ਉਸ ਤੋਂ ਬਾਅਦ ਵੀ ਬੋਲ ਰਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ, ਉਗਰਵਾਦ ਵੱਧ ਰਿਹਾ, ਠੱਲ ਪਾਉਣ ਦੀ ਲੋੜ ਹੈ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ। ਅਤੇ ਇਹਨੂੰ ਜੇ ਅੱਤਵਾਦ ਕਹਿੰਦੇ ਆ ਤਾਂ ਫਿਰ ਅਸੀਂ ਅੱਤਵਾਦੀ ਹੈਗੇ ਹਾਂ? ਜੇ ਆਪਦੇ ਲੋਕਾਂ ਨਾਲ ਖੜਨਾ, ਉਹਨਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨੀ, ਅਸੀਂ ਸਾਨੂੰ ਵੱਖਵਾਦੀ ਕਹਿੰਦੇ ਆ ਤਾਂ ਅਸੀਂ ਵੱਖਵਾਦੀ ਹੈਗੇ ਹਾਂ, ਰਹਾਂਗੇ। 57 ਬਣਦੀ ਆ ਜੇ ਥੱਪੜ ਮਾਰਿਆ, 57 ਕਰੋ। ਅੱਜ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਸੋ ਇਹ ਜਿਹੜਾ ਸਾਡਾ ਨਾ ਇਹ ਮੁੱਲ ਮੋੜ ਰਿਹਾ ਹਿੰਦੁਸਤਾਨ। ਮਾਈਆਂ ਸਾਡੀਆਂ ਬੈਠੀਆਂ ਧਰਨੇ 'ਤੇ ਅਤੇ ਉਹਨੂੰ ਟਕੇ ਟਕੇ 'ਤੇ ਵਿਕਣ ਵਾਲੀਆਂ ਕਹੇ ਕੰਗਣਾਂ ਵਾਲੀਆਂ ਵਰਗੀਆਂ ਔਰਤਾਂ ਕਹਿ ਜਾਂ, ਇਹ ਚੀਜ਼ਾਂ ਦਾ ਬਦਲਾ ਲੈਣਾ ਚਾਹੀਦਾ ਸੀ ਕੜੰਮ ਚੌਧਰੀਆਂ ਨੂੰ, ਲੀਡਰਾਂ ਨੂੰ, ਪਰ ਉਹਨਾਂ ਤੋਂ ਕਦੇ ਲਿਆ ਨਹੀਂ ਜਾਂਦਾ। ਥੋੜ੍ਹੇ ਥੋੜ੍ਹੇ ਜਿਹੜੇ ਗਰੁੱਪਾਂ ਨੂੰ ਲੈ ਕੇ ਆਪਦੀਆਂ ਪ੍ਰਧਾਨਗੀਆਂ ਚਮਕਾ ਰਿਹਾ, ਕਦੇ ਉਹਨਾਂ ਨੇ ਇਹ ਚੀਜ਼ਾਂ ਦਾ ਬਦਲਾ ਲਿਆ? ਉਹਦੀ ਸਾਰੀ ਬੈਕਗਰਾਉਂਡ ਦੇਖੋ ਨਾ, ਕਿੰਨੇ ਫਿਲਮੀ ਸਟਾਰਾਂ ਨਾਲ ਇਸ਼ਕ ਲੜਾਇਆ, ਕਿੰਨਿਆਂ ਦੇ ਖਿਲਾਫ ਉਹਨੇ ਬਿਆਨ ਦਿੱਤੇ ਨੇ। ਕੰਗਣਾ ਰਣੌਤ ਦੀ ਹਮੇਸ਼ਾ ਮੈਂ ਕਹਿਣਾ ਵੀ ਉਹ 'ਚ ਟੈਲੈਂਟ ਕੀ ਆ, ਹਿੰਦੁਸਤਾਨ ਵਾਸਤੇ, ਆਪਦੇ ਸਟੇਟ ਵਾਸਤੇ, ਜਿਹੜੀ ਹਿਮਾਚਲ ਪ੍ਰਦੇਸ਼ ਆ ਉਸ ਵਾਸਤੇ ਕੋਈ ਕੁਰਬਾਨੀ ਦੱਸ ਦੇਵੇ, ਕੋਈ ਉਹਨੇ ਉਹਦਾ ਵਿਜ਼ਨ ਦੱਸ ਦੇਵੇ। ਇਕੱਲੀ ਉਹਦੀ ਇੱਕੋ ਹੀ ਪ੍ਰਾਪਤੀ ਆ, ਐਕਟਰੈਸ ਆ। ਉਹ ਭੰਡ ਲੋਕ ਅੱਜ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਆ, ਚਾਹੇ ਪੰਜਾਬ ਹੋਵੇ ਚਾਹੇ ਹਿੰਦੁਸਤਾਨ ਹੋਵੇ। ਲੋਕਵਾਚ ਟੀਵੀ ਨਾਲ ਜੁੜਿਓ ਤੁਸੀਂ, ਮੈਂ ਹਮਤਾਜ। ਕੱਲ੍ਹ ਦਾ ਚੰਡੀਗੜ੍ਹ ਥੱਪੜ ਕਾਂਡ ਬਹੁਤ ਮਸ਼ਹੂਰ ਹੋਇਆ ਹੈ। ਕੰਗਣਾ ਰਣੌਤ, ਜਿਸ ਦੇ ਕੰਗਣਾ ਰਣੌਤ ਨੇ ਚਪੇੜ ਮਾਰੀ ਹੈ ਮੂੰਹ ਦੇ ਉੱਤੇ ਕੁਲਵਿੰਦਰ ਕੌਰ, ਜੋ ਕਿ ਸੁਲਤਾਨਪੁਰ ਔਲੀ ਦੇ ਕੋਲ ਉਹਦਾ ਪਿੰਡ ਹੈ, ਮਾਹੀਵਾਲਾ ਦੀ ਇੱਕ ਲੜਕੀ ਹੈ, ਉਸਨੇ ਥੱਪੜ ਮਾਰਿਆ ਕੰਗਣਾ ਰਣੌਤ ਦੇ, ਅਤੇ ਉਹਨੇ ਦੱਸਿਆ ਕਿ ਮੈਂ ਥੱਪੜ ਤਾਂ ਮਾਰਿਆ, ਇਹਨੇ ਸਾਡੀਆਂ ਮਾਵਾਂ ਭੈਣਾਂ ਨੂੰ 100-100 ਰੁਪਏ 'ਤੇ ਵਿਕ ਜਾਣ ਵਾਲੀਆਂ ਆਖਿਆ ਸੀ, ਅਤੇ ਮੇਰੀ ਮਾਂ ਉਸ ਸਮੇਂ ਧਰਨੇ ਵਿੱਚ ਮੌਜੂਦ ਸੀ। ਉਸ ਤੋਂ ਬਾਅਦ ਜਿਹੜੀ ਪੂਰੀ ਚੀਜ਼ ਵਾਇਰਲ ਹੁੰਦੀ ਆ, ਅੱਜ ਟ੍ਰੈਂਡਿੰਗ ਕਰ ਰਿਹਾ ਥੱਪੜ ਕਾਂਡ, ਪੂਰਾ ਗੱਲਬਾਤ ਕਰਦੇ ਹਾਂ ਸਰਪੰਚ ਸੁਖਵਿੰਦਰ ਕਲਕੱਤਾ ਸਾਡੇ ਨਾਲ ਮੌਜੂਦ ਰਹਿਣਗੇ। ਕਿਵੇਂ ਦੇਖਦੇ ਆ ਉਹਨਾਂ ਦਾ ਕੀ ਪ੍ਰਤੀਕਿਰਿਆ, ਵੱਖੋ ਵੱਖ ਲੋਕਾਂ ਦਾ ਵੱਖੋ ਵੱਖ ਕਹਿਣਾ? ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤੁਹਾਡਾ ਜਿਹੜਾ ਚੈਨਲ ਆ ਸਮੁੱਚੇ ਦੁਨੀਆ 'ਤੇ ਪੰਜਾਬ 'ਚ ਦੇਖਿਆ ਜਾ ਰਿਹਾ, ਸੋ ਤੁਹਾਡੇ ਚੈਨਲ ਜ਼ਰੀਏ ਮੈਂ ਪ੍ਰਣਾਮ ਕਰਦਾ ਭੈਣ ਕੁਲਵਿੰਦਰ ਕੌਰ ਨੂੰ, ਵੀ ਪੰਜਾਬੀਆਂ ਦੀ ਜਿਹੜੀ ਅਣਖ ਅਤੇ ਗੈਰਤ ਸੀ ਉਹ ਉਸਨੇ ਵਿਆਹੀ ਆ, ਉਸ ਦੀ ਧੌਣ ਉੱਚੀ ਰੱਖੀ ਆ। ਸੋ ਮਾਣ ਆ ਭੈਣ 'ਤੇ, ਬੜਾ ਮਾਣ ਰਹੇਗਾ। ਸੋ ਮਾਨਤਾ ਪਿੱਛੇ ਜੇ ਸਾਨੂੰ ਮੌੜ ਮੰਡੀ ਵਾਲੇ ਜਿਹੜੇ ਉੱਥੇ ਹਿੰਦੂ ਭਾਈਚਾਰਾ ਸੀ ਬਾਣੀਆਂ, ਉਹਨਾਂ 'ਤੇ ਵੀ ਸੀ ਮਾਣ ਆ ਸਾਨੂੰ ਖਡੂਰ ਸਾਹਿਬ ਵਾਲਿਆਂ 'ਤੇ, ਮਾਣ ਆ ਸਾਨੂੰ ਫਰੀਦਕੋਟ ਵਾਲਿਆਂ 'ਤੇ, ਇਹ ਮਾਣ ਹਮੇਸ਼ਾ ਰਹੇਗਾ। ਸਭ ਤੋਂ ਪਹਿਲਾਂ ਤਾਂ ਕਿਵੇਂ ਦੇਖਦੇ ਹੋ ਕੰਗਣਾ ਰਣੌਤ, ਚੰਡੀਗੜ੍ਹ ਏਅਰਪੋਰਟ 'ਤੇ ਸਿਕਿਉਰਿਟੀ ਚੈੱਕ ਲਈ ਜਾਂਦੀ ਹੈ, ਉੱਥੇ ਇੱਕ ਥੱਪੜ ਵੱਜਦਾ ਸਾਈਡ ਤੋਂ ਆ ਕੇ ਮੂੰਹ ਦੇ ਉੱਤੇ, ਉਹ ਥੱਪੜ ਨੂੰ ਕਿਵੇਂ ਦੇਖਦੇ? ਦੇਖੋ ਥੱਪੜ ਥੱਪੜ 'ਚ ਫਰਕ ਆ, ਇਸ ਥੱਪੜ ਦੀ ਗੂੰਜ ਦੁਨੀਆ ਭਰ ਗਈ ਆ, ਇਸ ਥੱਪੜ ਦੇ ਹੱਕ 'ਚ ਵੱਡੇ ਪੱਧਰ 'ਤੇ ਲੋਕ ਆਏ ਆ। ਸੋ ਇੱਕ ਸ਼ਾਸਨਕਰਤਾ ਧਿਰ ਸੀ ਜਿਹੜੀ ਜਾਬਰ ਸੀਗੇ, ਲਾਭ ਸਿੰਘ ਗੋਕੇ ਨੇ ਵੀ ਮੈਨੂੰ ਕਿਹਾ ਸੀ ਥੱਪੜ ਮਾਰੂੰਗਾ, ਸੋ ਉਸ ਥੱਪੜ ਦੇ ਵਿਰੋਧ 'ਚ ਸਮੁੱਚੀ ਦੁਨੀਆ ਖੜੀ ਸੀ। ਸੋ ਕੁਲਵਿੰਦਰ ਕੌਰ ਸਾਡੀ ਪੰਜਾਬ ਦੀ ਧੀ ਆ, ਸੋ ਮੈਂ ਦੇਖਿਆ ਸਾਰਾ ਕੁਝ, ਵਾਚ ਕੀਤਾ। ਸੋ ਕੁਲਵਿੰਦਰ ਕੌਰ ਦਾ ਸਮੁੱਚਾ ਜਿਹੜਾ ਪਰਿਵਾਰ ਆ, 5 ਜਾਣੇ ਉਹਦੇ ਫੌਜ 'ਚ ਰਹੇ ਨੇ, ਪਰਿਵਾਰ ਦੇ ਜੀ ਹੁਣ ਤੱਕ ਸੇਵਾ ਕੀਤੀ ਆ ਦੇਸ਼ ਦੀ। ਸੋ ਦੇਖੋ ਦੇਸ਼ ਸੇਵਾ ਕੀਤੀ ਆ ਉਸ ਪਰਿਵਾਰ ਨੇ, ਸੋ ਅੱਜ ਜਦੋਂ ਅਸੀਂ ਆਪਦੇ ਹੱਕਾਂ ਵਾਸਤੇ ਖੜ ਗਏ, ਅੱਜ ਉਹ ਭੈਣ ਨੇ ਆਪਦੇ ਹੱਕਾਂ ਦੀ ਗੱਲ ਕੀਤੀ ਵੀ ਸਾਡੇ ਪੰਜਾਬ ਨੂੰ ਤੁਸੀਂ ਅੱਤਵਾਦੀ ਕਹਿੰਦੇ ਹੋ, ਸਾਡੇ ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਹੋ, ਮਜ਼ਦੂਰਾਂ ਦੀ ਬੇਪੱਤੀ ਕਰਦੇ ਹੋ, ਤਾਂ ਅੱਜ
ਜਿਹੜੀ ਉਹ ਦੇਸ਼ ਸੇਵਾ ਭੁਲਾ ਦਿੱਤੀ ਜਾਣੀ ਆ, ਅੱਜ ਉਹ ਤਾਂ ਫਿਰ ਉਹੀ ਟੈਗ ਲਾ ਦੇਣ ਵੱਖਵਾਦੀ ਦਾ, ਅੱਤਵਾਦੀ ਦਾ। ਸੋ ਕੰਗਣਾ ਰਣਾਵਤ ਨਾਲ ਜਦੋਂ ਉਸਦਾ ਉੱਥੇ ਕੰਟਰੋਵਰਸੀ ਹੋਈ ਆ ਭੈਣ ਕੁਲਵਿੰਦਰ ਕੌਰ ਦੀ, ਤਾਂ ਉਹਦਾ ਕੌਰ ਨਾਂ ਪੜ੍ਹ ਕੇ ਉਹਨੂੰ ਕਿਹਾ ਗਿਆ ਵੱਖਵਾਦੀ ਅਤੇ ਖਾਲਿਸਤਾਨੀ। ਸੋ ਫਿਰ ਠੀਕ ਆ, ਫਿਰ ਅਸੀਂ ਵੱਖ ਵੱਖ ਤਰੀਕਿਆਂ ਨਾਲ ਅਸੀਂ ਜਵਾਬ ਦਿੱਤਾ ਹੈਗਾ। ਸੋ ਸਭ ਤੋਂ ਵੱਡੀ ਗੱਲ ਰਹੀ ਵੀ ਇੱਕ ਮਾਈ ਭਾਗੋ ਬਣ ਕੇ ਟੱਕਰੀ ਆ, ਇੱਕ ਔਰਤ ਨੇ ਉਸ ਦੀ ਨਲਾਇਕੀ ਦਾ ਜਵਾਬ ਦਿੱਤਾ। ਸੋ ਅਸੀਂ ਕਦਰਾਂ ਕੀਮਤਾਂ ਨੂੰ ਵਿਆਹੁਣ ਜਾਣਦੇ ਹਾਂ ਪੰਜਾਬ ਦੇ ਲੋਕ, ਚੰਗਾ ਰਿਹਾ ਵੀ ਕਿਸੇ ਬੰਦੇ ਨੇ ਇਸ ਚੀਜ਼ ਦਾ ਜਵਾਬ ਨਹੀਂ ਦਿੱਤਾ, ਇੱਕ ਔਰਤ ਨੇ ਔਰਤ ਨੂੰ ਜਵਾਬ ਦਿੱਤਾ। ਸੋ ਪਿੱਛੇ ਜੇ ਕੰਗਣਾ ਰਣੌਤ ਦਾ ਜਿਹੜਾ ਟਵੀਟ ਆਇਆ ਸੀਗਾ, 100-100 ਰੁਪਈਏ ਵਾਲੀ ਗੱਲ ਕਰਦੇ ਸੀ, ਅਸੀਂ 100-100 ਰੁਪਈਆ ਲੈ ਕੇ ਵਿਕਣ ਵਾਲੇ ਲੋਕ ਨਹੀਂ, ਅਸੀਂ ਤਾਂ ਫਰੀ ਆਫ ਕੋਸਟ ਤੁਹਾਨੂੰ ਆਜ਼ਾਦੀ ਦਵਾਈ ਆ ਦੇਸ਼ ਨੂੰ। ਤੁਸੀਂ ਅੱਜ ਤਕੜੇ ਹੋ ਗਏ, ਜਿਨ੍ਹਾਂ ਦੇ ਸਿਰਾਂ 'ਤੇ ਆਜ਼ਾਦੀ ਦਾ ਤੁਸੀਂ ਨਿੱਘ ਮਾਣਿਆ ਹਿੰਦੁਸਤਾਨ ਨੇ, ਉਹ ਅੱਜ ਤਕੜਾ ਹੋ ਕੇ ਉਹ ਸਾਡੇ 'ਤੇ ਅੱਜ ਰਾਜ ਭਾਗ ਸਾਂਭ ਰਿਹਾ ਅਤੇ ਸਾਡੇ ਲੋਕਾਂ ਨੂੰ ਵੱਖਵਾਦੀ, ਅੱਤਵਾਦੀ ਅਤੇ ਬਾਗੀ ਕਹਿ ਰਿਹਾ। ਸੋ ਸਮੇਂ ਦੀ ਸਰਕਾਰ ਭਗਵੰਤ ਮਾਨ ਨੇ ਵੀ ਇਹ ਕੀਤਾ, ਜੋ ਲੋਕਾਂ ਨੇ ਦੇਸ਼ ਪੰਜਾਬ ਦੀ ਗੱਲ ਕੀਤੀ, ਡਿਬਰੂਗੜ੍ਹ ਮਾਰੇ ਸਾਡੇ ਜਿਹੜੇ ਨੌਜਵਾਨ ਯੋਧੇ ਨੇ। ਸੋ ਜੇ ਆਪਣੇ ਲੋਕਾਂ ਦੀ, ਕਿਸਾਨਾਂ ਦੀ, ਪੰਜਾਬ ਦੀ, ਨੌਜਵਾਨੀ ਦੀ ਹੱਕ 'ਚ ਗੱਲ ਕਰਨਾ, ਅਤੇ ਇਹ ਨਵੀਂ ਪਰਿਭਾਸ਼ਾ ਅੱਤਵਾਦੀ ਦੀ ਕੱਢ ਰਹੇ ਆ, ਅਤੇ ਇਹਨੂੰ ਜੇ ਅੱਤਵਾਦ ਕਹਿੰਦੇ ਆ ਤਾਂ ਫਿਰ ਅਸੀਂ ਅੱਤਵਾਦੀ ਹੈਗੇ ਹਾਂ। ਜੇ ਆਪਦੇ ਲੋਕਾਂ ਨਾਲ ਖੜਨਾ, ਉਹਨਾਂ ਦੇ ਹੱਕਾਂ ਹਕੂਕਾਂ ਦੀ ਗੱਲ ਕਰਨੀ, ਅਸੀਂ ਸਾਨੂੰ ਵੱਖਵਾਦੀ ਕਹਿੰਦੇ ਆ ਤਾਂ ਅਸੀਂ ਵੱਖਵਾਦੀ ਹੈਗੇ ਹਾਂ, ਰਹਾਂਗੇ, ਫਿਰ ਅਸੀਂ ਵੱਖਵਾਦੀ ਚੰਗੇ ਹਾਂ ਭਾਈ। ਅੱਜ ਤੁਸੀਂ ਸਾਡੇ ਸਿਰਾਂ 'ਤੇ ਜਿਹੜੀ ਆਜ਼ਾਦੀ ਲੈ ਲਈ ਹਿੰਦੁਸਤਾਨ ਦੀ, ਅਤੇ ਸਾਡੇ ਜੇ ਕੌਮ ਨੂੰ ਤੁਸੀਂ ਦਬਾਉਣਾ ਚਾਹੁੰਦੇ ਹੋ, ਸਾਡੀਆਂ ਅਣਖਾਂ ਗੈਰਤਾਂ ਨੂੰ ਜੇ ਤੁਸੀਂ ਆਪਦੇ ਪੈਰਾਂ ਥੱਲੇ ਲਤੜਨਾ ਚਾਹੁੰਦੇ ਹੋ, ਤਾਂ ਇਹ ਸਾਡੇ ਪੰਜਾਬੀਆਂ ਤੋਂ ਤਾਂ ਨਹੀਂ ਹੋਣਾ। ਅਸੀਂ ਤਾਂ ਸਮੇਂ ਸਮੇਂ 'ਤੇ ਇਸ ਦਾ ਜਵਾਬ ਦਿੱਤਾ ਅਤੇ ਜ਼ੋਰਦਾਰ ਤਰੀਕੇ ਨਾਲ ਜਵਾਬ ਦਿੰਦੇ ਰਹਾਂਗੇ ਸਮੇਂ ਦੀਆਂ ਹਕੂਮਤਾਂ ਨੂੰ। ਭਗਵੰਤ ਮਾਨ ਨੂੰ ਕਹਿਣਾ ਵੀ ਦੱਸ ਦਿੱਲੀ ਦੇ ਆ ਜਿਹੜਾ ਤੂੰ ਦਲਾਲਾ, ਵੀ ਅੱਜ ਸਾਡੀ ਧੀ ਕਿੱਥੇ ਆ, ਪੰਜਾਬ ਦੇ ਕਿਹੜੇ ਥਾਣੇ 'ਚ ਆ, ਉਹਦੇ ਬੱਚੇ ਕਿੱਥੇ ਨੇ, ਫੜ ਕੇ ਉਹਨੂੰ ਕਰਤਾ ਨਾ ਕੀ, ਠੀਕ ਆ ਭਾਈ ਉਹਦੇ ਨਾਲ ਗੱਲ ਹੋਈ ਆ, ਉਸੇ ਉੱਥੇ ਕੰਟਰੋਵਰਸੀ ਹੋਈ ਆ, ਤੁਸੀਂ ਜਾਂਚ ਕਰੋ, ਅਤੇ ਜਿਹੜਾ ਤੁਹਾਡੇ ਸੰਵਿਧਾਨ 'ਚ ਕਾਨੂੰਨ ਹੈ, ਜਿਹੜਾ ਸੰਵਿਧਾਨ ਅਨੁਸਾਰ 57 ਬਣਦੀ ਆ ਜੇ ਥੱਪੜ ਮਾਰਿਆ, 57 ਕਰੋ। ਅੱਜ ਉਸ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ। ਸੋ ਇਹ ਜਿਹੜਾ ਸਾਡਾ ਨਾ ਇਹ ਮੁੱਲ ਮੋੜ ਰਿਹਾ ਹਿੰਦੁਸਤਾਨ, ਹਿੰਦੁਸਤਾਨ ਦੇ ਜਿਹੜੇ ਹੱਕਾਂ 'ਚ ਅਸੀਂ ਖੜ੍ਹੇ ਹਾਂ ਦੁਨੀਆ ਭਰ 'ਤੇ, ਹਿੰਦੁਸਤਾਨ ਨੂੰ ਪਹਿਚਾਣ ਦਵਾਈ, ਹਿੰਦੁਸਤਾਨ ਨੂੰ ਆਜ਼ਾਦੀ ਦਵਾਈ। ਸੋ ਇਹੀ ਸਾਡਾ ਅੱਜ ਮਨ ਇਹ ਦੇਸ਼ ਨਾਲ ਰਲ ਨਹੀਂ ਰਿਹਾ। ਸੋ ਇਮਤਿਆਜ਼ ਜੀ, ਮੈਂ ਵੀ ਆਪਦੀ ਸਟਾਰਟਿੰਗ ਸਕੂਲਿੰਗ ਜੈ ਹਿੰਦ ਤੋਂ ਕੀਤੀ ਸੀ, ਜੈ ਹਿੰਦ ਤੋਂ ਅੱਜ ਮੈਂ ਇਸ ਸੋਚ 'ਚ ਆ ਗਿਆ ਵੀ ਹੁਣ ਰਾਜ ਕਰੇਗਾ ਖਾਲਸਾ। ਸੋ ਖਾਲਸੇ ਦੇ ਰਾਜ ਦੀ ਲੋੜ ਹੈ, ਉਹ ਜਿਹੜਾ ਗੌਰਵਮਈ ਰਾਜ ਹੋਊਗਾ, ਹਰ ਇੱਕ ਦਾ ਉੱਥੇ ਸਨਮਾਨ ਹੋਊਗਾ, ਹਰ ਇੱਕ ਨੂੰ ਆਪਦੀ ਗੱਲ ਰੱਖਣ ਦਾ ਹੱਕ ਹੋਊਗਾ, ਹਰ ਧਰਮ ਦਾ ਸਤਿਕਾਰ ਹੋਊਗਾ, ਹਰ ਜਾਤ ਪਾਤ ਤੋਂ ਉੱਚਾ ਰਾਜ ਹੋਊਗਾ। ਸੋ ਇਹ ਆਉਣ ਵਾਲੇ ਸਮੇਂ 'ਚ ਇਹ ਚੀਜ਼ਾਂ ਸਾਡੀਆਂ ਜਿਹੜੀਆਂ ਸਮੱਸਿਆਵਾਂ ਹੱਲ ਕਰਨੀਆਂ, ਨਸ਼ਾ ਤੋਂ ਲੈ ਕੇ ਸਾਰੀਆਂ, ਅਤੇ ਖਾਲਸੇ ਦੇ ਰਾਜ ਦੀ ਆਉਣ ਵਾਲੇ ਸਮੇਂ 'ਚ ਵਾਪਸੀ ਜ਼ਰੂਰੀ ਹੈ। ਕਿਵੇਂ ਦੇਖਦੇ ਹੋ ਵੀ ਪੰਜਾਬੀ ਆ ਜਿਹੜੇ ਉਹ ਨਹੀਂ ਭੁੱਲਦੇ, ਕਿਉਂਕਿ 2-3 ਸਾਲ ਪੁਰਾਣੀ ਗੱਲ ਸੀਗੀ ਜਿਹੜੀ ਉਹਨੂੰ ਕਿਹਾ 100-100 ਰੁਪਏ ਦੀਆਂ, ਤਾਂ ਉਹਦੇ ਮਤਲਬ ਅੱਜ ਵੀ ਉੱਥੇ ਸੀਗਾ ਕਿ ਬਦਲਾ ਲੈ ਕੇ ਹਟਣਾ? ਦੇਖੋ ਪੰਜਾਬੀ ਬਲੱਡ ਇੱਕ ਵੱਖਰੀ ਤਰ੍ਹਾਂ ਦਾ ਬਲੱਡ ਆ, ਸਾਡਾ DNA ਵੱਖਰਾ ਤਰ੍ਹਾਂ ਦਾ DNA ਆ। ਸੋ ਅਸੀਂ ਕਿਸੇ ਤੋਂ ਜ਼ੁਲਮ ਕਰਨਾ ਆਪਦੀ ਬਹਾਦਰੀ ਨਹੀਂ ਸਮਝਦੇ, ਅਸੀਂ ਜ਼ੁਲਮ ਨੂੰ ਠਲਮ ਪਾਉਣਾ, ਅਸੀਂ ਜ਼ੁਲਮ ਦੇ ਖਿਲਾਫ ਖੜਨਾ ਆਪਣੇ ਆਪ ਦੀ ਬਹਾਦਰੀ ਸਮਝਦੇ ਹਾਂ ਅਤੇ ਮਾਣ ਮਹਿਸੂਸ ਕਰਦੇ ਹਾਂ। ਅਸੀਂ ਮਾੜੇ ਨਾਲ, ਕਮਜ਼ੋਰ ਨਾਲ ਖੜਨਾ, ਇਸ ਇੱਥੇ ਇਹ ਚੀਜ਼ਾਂ 'ਤੇ ਸਾਨੂੰ ਮਾਣ ਹੁੰਦਾ। ਸੋ ਇਹ ਚੀਜ਼ਾਂ ਅਸੀਂ ਕਿਵੇਂ ਭੁੱਲ ਜਾਵਾਂਗੇ? ਸਾਡੀਆਂ ਮਾਈਆਂ ਜੋ ਟਾਈਮ ਸਕੁਆਇਰ 'ਤੇ ਜਿਹਨੂੰ ਕਿਹਾ ਜਾਂਦਾ ਵੀ ਇਹ ਤਾਕਤਵਰ ਲੋਕ ਨੇ,
ਸਰਕਾਰਾਂ ਝੁਕਾ ਰਹੇ ਨੇ, ਮਾਈਆਂ ਸਾਡੀਆਂ ਬੈਠੀਆਂ ਧਰਨੇ 'ਤੇ ਅਤੇ ਉਹਨੂੰ ਟਕੇ ਟਕੇ 'ਤੇ ਵਿਕਣ ਵਾਲੀਆਂ ਕਹੇ ਕੰਗਣ ਵਾਲੀਆਂ ਵਰਗੀਆਂ ਔਰਤਾਂ ਕਹਿ ਜਾਣ। ਸੋ ਇਹ ਤਾਂ ਰਾਜ ਹੁਣ ਵੋਟ ਦਾ, ਅਤੇ ਅਸੀਂ ਵੋਟ ਅਨੁਸਾਰ ਹਜੇ ਜਵਾਬ ਉਹਨਾਂ ਨੂੰ ਨਹੀਂ ਦੇ ਸਕੇ, ਪੰਜਾਬ ਤਾਂ ਦੇ ਨਹੀਂ ਸਕਿਆ ਨਾ। ਇਹ ਜਿਹੜੀਆਂ ਮੌਕਾ ਪ੍ਰਸਤ ਧਿਰਾਂ ਨੇ ਰਾਜ ਕਰ ਰਹੀਆਂ ਨੇ, ਠੀਕ ਆ, ਅਤੇ ਇਹਨਾਂ ਨੂੰ ਜਵਾਬ ਵੋਟ ਰਾਹੀਂ ਦੇਣਾ ਚਾਹੀਦਾ ਸੀ, ਨਹੀਂ ਦੇ ਸਕੇ ਅਸੀਂ, ਅਤੇ ਇਹਨਾਂ ਨੂੰ ਹੀ ਅਸੀਂ ਤਕੜਾ ਕਰੀ ਜਾਂਦੇ ਹਾਂ। ਸੋ ਜੋ ਇਹ ਕਿਹਾ ਸਾਡੀਆਂ ਮਾਈਆਂ ਨੂੰ, ਅਣਖੀ ਲੋਕਾਂ ਨੂੰ, ਸੋ ਇਹ ਤਾਂ ਸਮੇਂ ਸਮੇਂ 'ਚ ਸਾਡਾ ਖੂਨ ਉਬਾਲਾ ਮਾਰਦਾ ਰਹੇਗਾ ਅਤੇ ਰੰਗ ਦਿਖਾਉਂਦਾ ਰਹੇਗਾ। ਸੋ ਇਹ ਚੀਜ਼ਾਂ ਦਾ ਬਦਲਾ ਲੈਣਾ ਚਾਹੀਦਾ ਸੀ ਕੜੰਮ ਚੌਧਰੀਆਂ ਨੂੰ, ਲੀਡਰਾਂ ਨੂੰ, ਪਰ ਉਹਨਾਂ ਤੋਂ ਕਦੇ ਲਿਆ ਨਹੀਂ ਜਾਂਦਾ, ਅਤੇ ਥੋੜ੍ਹੇ ਥੋੜ੍ਹੇ ਜਿਹੜੇ ਗਰੁੱਪਾਂ ਨੂੰ ਲੈ ਕੇ ਆਪਦੀਆਂ ਪ੍ਰਧਾਨਗੀਆਂ ਚਮਕਾ ਰਿਹਾ, ਕਦੇ ਉਹਨਾਂ ਨੇ ਇਹ ਚੀਜ਼ਾਂ ਦਾ ਬਦਲਾ ਲਿਆ? ਇਹ ਤਾਂ ਅਣਖੀ ਲੋਕ ਹੀ ਲੈ ਰਹੇ ਨੇ ਬਦਲਾ, ਅਤੇ ਅਸੀਂ ਲੈਂਦੇ ਰਹਾਂਗੇ। ਅਤੇ ਉਹ ਭਾਈ ਭੈਣ ਕੁਲਵਿੰਦਰ ਕੌਰ ਦੇ ਸਪੋਰਟ 'ਚ ਅੱਜ ਅਸੀਂ ਜਾ ਰਹੇ ਹਾਂ ਉੱਥੇ ਉਹਨਾਂ ਕੋਲ, ਅਤੇ ਜਿੰਨੇ ਕੁ ਯੋਗੇ ਹੈਗੇ ਨਾਲ ਖੜਾਂਗੇ, ਅਸੀਂ ਆਪਦਾ ਸਮਰਥਨ ਦੇਵਾਂਗੇ। ਹੁਣ ਇੱਕ ਚੀਜ਼ ਹੋਰ ਰੱਖੀ ਹੈ ਕਿ ਉਹਨਾਂ ਉੱਤੇ FIR ਵੀ ਹੋ ਗਿਆ, ਸਸਪੈਂਡ ਵੀ ਕਰਤਾ, ਹੋ ਸਕਦਾ ਕਿ ਉਹਨਾਂ ਨੂੰ ਨੌਕਰੀ ਤੋਂ ਵੀ ਲਾਹ ਦਿੱਤਾ ਜਾਵੇ, ਕੀ ਲੱਗਦਾ ਵੀ ਜੇ ਨੌਕਰੀ ਤੋਂ ਲਾਹਤਾ ਤਾਂ ਉਹਨੇ ਨੌਕਰੀ ਆਪਣੀ ਜੋਖਮ ਵਿੱਚ ਪਾ ਲਈ ਹੈ? ਇਹ ਨੌਕਰੀਆਂ ਅਤੇ ਇਹ ਜਿਹੜੀਆਂ ਵੱਡੇ ਵੱਡੇ MLA ਜਾਂ ਅਹੁਦੇ ਨੇ, ਇਹ ਸਾਡੀਆਂ ਜੁੱਤੀ ਦੀਆਂ ਨੋਕਾਂ ਨੇ, ਇਮਤਿਆਜ਼ ਸਾਡੀ ਕੌਮ ਮੂਹਰੇ, ਸਾਡੀ ਅਣਖ ਮੂਹਰੇ, ਜਦੋਂ ਸਾਡੀ ਅਣਖ ਦੀ ਗੱਲ ਆ ਜਾਏ ਨਾ, ਸਾਡੀ ਕੌਮ ਦੀ ਗੱਲ ਆ ਜਾਏ, ਪੰਜੇ ਦੇਸ਼ ਪੰਜਾਬ ਦੀ ਗੱਲ ਆ ਜਾਏ, ਇਹ ਫਿਰ ਕੀ ਆ? ਵਧੀਆ ਕੰਮ ਕੀਤਾ ਨੌਜਵਾਨਾਂ ਨੂੰ ਇਸ ਚੀਜ਼ ਨੂੰ ਆਈਡਲ ਮੰਨ ਕੇ, ਇਹੋ ਜਿਹੇ ਕੰਮਾਂ ਨੂੰ ਆਉਣ ਵਾਲੇ ਸਮੇਂ 'ਤੇ ਅੰਜਾਮ ਦੇਣਾ ਪਊਗਾ, ਤਾਂ ਵੱਡੀਆਂ ਪਾਤਸ਼ਾਹੀਆਂ ਭੈਣ ਦੇ ਕਦਮਾਂ 'ਚ ਆ ਜਾਣੀਆਂ। ਇਹ ਨੌਕਰੀ ਕੀ ਆ? ਪੰਜਾਬ ਮਾਣ ਕਿੱਥੇ ਵੀਰੇ? ਮੈਂ ਤੁਹਾਨੂੰ ਗੱਲ ਕਹਿਣੀ ਚਾਹੁੰਦਾ, ਜਦੋਂ ਮੋਦੀ ਵਾਲਾ ਇੰਸੀਡੈਂਟ ਹੋਇਆ ਸੀ, ਪੰਜਾਬ ਆਇਆ ਸੀਗਾ ਮੋਦੀ, ਉਦੋਂ ਚੰਨੀ ਨੇ ਪੂਰਾ ਸਟੈਂਡ ਲਿਆ ਸੀ ਵੀ ਕੀ ਤੁਸੀਂ ਪੰਜਾਬ ਮੋਦੀ ਨੇ ਕੀ ਧੱਕਾ ਕਰਤਾ ਪੰਜਾਬੀਆਂ ਨੇ। ਅੱਜ ਭਗਵੰਤ ਮਾਨ ਕਿੱਥੇ ਆ? ਉਹ ਕੁੜੀ ਦੇ ਹੱਕ 'ਚ ਕਾਹ ਤੋਂ ਨਹੀਂ ਖੜ ਰਿਹਾ? ਅਸੀਂ ਇਹ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦੇ ਹਾਂ। ਇਹ ਸਹੀ ਗੱਲ ਕਹੀ ਆ, 92 ਚੁਣੇ ਆ ਅਤੇ ਰਾਜ ਸਭਾ ਮੈਂਬਰ ਆ, ਇੱਕ ਨੇ ਵੀ ਕੁਲਵਿੰਦਰ ਕੌਰ ਦੇ ਹੱਕ 'ਚ ਬਿਆਨ ਨਹੀਂ ਦੇਣਾ। ਚੁਣਤਾ ਨਾ ਮੀਤ ਹੇਅਰ ਨੂੰ, ਬਹੁਤ ਵੱਡੀ ਲਾਰਜ ਮਾਰਜਨ ਨਾਲ ਸੰਗਰੂਰ ਤੋਂ ਚੁਣਿਆ, ਦੇਵੇ ਭੈਣ ਕੁਲਵਿੰਦਰ ਕੌਰ ਦੇ ਹੱਕ 'ਚ ਜੇ ਬੰਦੇ ਦਾ ਪੁੱਤ ਆ, ਦੇਵੇ ਬਿਆਨ। ਨਹੀਂ ਦੇ ਸਕਦੇ, ਦਿੱਲੀ ਦੀ ਸੋਚ ਦੇ ਧਾਰਨੀ ਨੇ, ਉਹਨਾਂ ਦੇ ਗੁਲਾਮ ਨੇ। ਅਤੇ ਅੱਜ ਉਹੀ ਜੇ ਸਿਮਰਜੀਤ ਸਿੰਘ ਮਾਨ ਹੁੰਦਾ, ਮਾਨ ਤਾਂ ਹੁਣ ਵੀ ਜਾਊਗਾ, ਉਹਦੇ ਹੱਕ 'ਚ ਬੋਲੂਗਾ, ਖੜੂਗਾ ਉਸ ਭੈਣ ਨਾਲ। ਸੋ ਹੁਣ ਅਸੀਂ ਆਪਦਿਆਂ ਨਾਲ ਜਿੰਨਿਆਂ ਖੜੇ ਤਾਂ ਫਿਰ ਧਿਰਾਂ ਕਮਜ਼ੋਰ ਹੋ ਜਾਂਦੀਆਂ। ਪਿਛਲੇ ਸਮੇਂ 'ਚ ਪੰਜਾਬ ਨੇ ਇਹ ਚੀਜ਼ ਕੀਤੀ ਆ, ਆਪਦਿਆਂ ਨਾਲ ਨਹੀਂ ਖੜ ਸਕੇ। ਸੋ ਹੁਣ ਅਸੀਂ ਟਾਈਮ ਆ ਗਿਆ ਵੀ ਆਪਦਿਆਂ ਨੂੰ ਪਿੱਛੇ ਨਾ ਛੱਡੀਏ, ਆਪਦਿਆਂ ਨੂੰ ਤਕੜਾ ਕਰਾਂਗੇ ਹਰ ਹਾਲਤ 'ਚ। ਇੱਕ ਵੀਡੀਓ ਆਉਂਦੀ ਹੈ ਕੰਗਣਾ ਦੀ ਘਟਨਾ ਤੋਂ ਬਾਅਦ ਦੀ, ਉਹਦੇ ਵਿੱਚ ਵੀ ਉਸ ਤੋਂ ਬਾਅਦ ਵੀ ਬੋਲ ਰਹੀ ਹੈ ਕਿ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ, ਉਗਰਵਾਦ ਵੱਧ ਰਿਹਾ, ਠੱਲ ਪਾਉਣ ਦੀ ਲੋੜ ਹੈ ਜਿਹੜਾ ਪੰਜਾਬ ਦੇ ਵਿੱਚ ਅੱਤਵਾਦ ਵੱਧ ਰਿਹਾ। ਨਹੀਂ, ਅੱਤਵਾਦ ਨਾਂ ਦੀ ਜਿਹੜੇ ਅੱਤਵਾਦ, ਜੇ ਆਪਦੇ ਹੱਕਾਂ ਦੀ ਗੱਲ ਕਰਨਾ ਅੱਤਵਾਦ ਦੀ ਹੈ, ਤਾਂ ਫਿਰ ਤਾਂ ਤੁਸੀਂ ਜਦੋਂ ਹਿੰਦੁਸਤਾਨ ਦੇ ਖਿਲਾਫ਼ ਲੜੇ ਗੋਰਿਆਂ ਦੇ ਖਿਲਾਫ਼, ਫਿਰ ਤੁਸੀਂ ਅੱਤਵਾਦੀ ਸੀ ਸਾਰੇ, ਜਿਨ੍ਹਾਂ ਨੂੰ ਅੱਜ ਸ਼ਹੀਦੀਆਂ ਦਾ ਦਰਜਾ ਦਿੰਦੇ ਹੋ, ਫਿਰ ਅੱਤਵਾਦੀ ਸੀ। ਅਸੀਂ ਜੇ ਹੁਣ ਆਪਦੇ ਕੌਮ ਦੀ ਗੱਲ ਕਰਦੇ ਹਾਂ, ਆਪਦੇ ਕਿਸਾਨਾਂ ਦੀ ਗੱਲ ਕਰਦੇ ਹਾਂ, ਆਪਦੇ ਮਜ਼ਦੂਰਾਂ ਦੀ ਗੱਲ ਕਰਦੇ ਹਾਂ, ਤਾਂ ਸਾਡੇ 'ਤੇ ਪਰਚੇ ਤਾਂ ਦਿੱਤੇ ਜਾਂਦੇ। ਹੁਣ ਸਾਨੂੰ ਜੇ ਅੱਤਵਾਦੀ ਵੀ ਤੁਸੀਂ ਕਹੋਗੇ, ਫਿਰ ਮੈਨੂੰ ਤਾਂ ਪਰਵਾਹ ਨਾ, ਫਿਰ ਕਹਿਣ ਦੇ ਇਹਨਾਂ ਨੂੰ ਇਹ ਚੀਜ਼ਾਂ ਜੇ ਕਹਿੰਦੇ ਨੇ। ਅਤੇ ਇਹ ਚੀਜ਼ਾਂ ਨਾਲ ਲੋਕਾਂ ਨੂੰ ਤਾਂ ਪਤਾ, ਸਰਕਾਰਾਂ ਨੇ ਵੱਖ ਵੱਖ ਸਮੇਂ ਸਾਨੂੰ ਵੱਖ ਵੱਖ ਨਾਮ ਦਿੱਤੇ, ਕਦੇ ਸਾਨੂੰ ਅੱਤਵਾਦੀ ਕਿਹਾ, ਕਦੇ ਵੱਖਵਾਦੀ ਕਿਹਾ, ਕਦੇ ਬਾਗੀ ਕਿਹਾ, ਕਦੇ ਗੈਂਗਸਟਰ ਕਿਹਾ। ਸੋ ਜ਼ੁਲਮ ਦੇ ਖਿਲਾਫ਼ ਲੜਦੇ ਰਹਾਂਗੇ, ਹਰ ਹਾਲਤ 'ਚ ਲੜਦੇ ਰਹਾਂਗੇ। ਅੱਛਾ, ਕੰਗਣਾ ਰਣੌਤ ਹੁਣ ਇੱਕ ਐਕਟਰੈਸ ਹੀ ਨਹੀਂ, ਹੁਣ ਉਹ MP ਬਣ ਚੁੱਕੀ ਹੈ, ਮਤਲਬ ਇੱਕ MP ਉੱਤੇ ਹੱਥ ਚੱਕਣਾ, ਕੀ ਲੱਗਦਾ ਨਹੀਂ ਵੀ ਅੱਗੇ ਜਾ ਕੇ ਹੋਰ ਮੁਸ਼ਕਲਾਂ ਵੀ ਆ ਸਕਦੀਆਂ ਨੇ? ਕੰਗਣਾ ਰਣੌਤ ਦੀ ਹਮੇਸ਼ਾ ਮੈਂ ਕਹਿਣਾ ਵੀ ਉਹ 'ਚ ਟੈਲੈਂਟ ਕੀ ਆ, ਹਿੰਦੁਸਤਾਨ ਵਾਸਤੇ, ਆਪਦੇ ਸਟੇਟ ਵਾਸਤੇ, ਜਿਹੜੀ ਹਿਮਾਚਲ ਪ੍ਰਦੇਸ਼ ਆ ਉਸ ਵਾਸਤੇ ਕੋਈ ਕੁਰਬਾਨੀ ਦੱਸ ਦੇਵੇ,
ਕੋਈ ਉਹਨੇ ਉਹਦਾ ਵਿਜ਼ਨ ਦੱਸ ਦੇਵੇ। ਇਕੱਲੀ ਉਹਦੀ ਇੱਕੋ ਹੀ ਪ੍ਰਾਪਤੀ ਹੈ ਐਕਟਰੈਸ। ਉਹ ਭੰਡ ਲੋਕ ਅੱਜ ਸਾਡੇ 'ਤੇ ਰਾਜ ਕਰਨਾ ਚਾਹੁੰਦੇ ਆ, ਚਾਹੇ ਪੰਜਾਬ ਹੋਵੇ ਚਾਹੇ ਹਿੰਦੁਸਤਾਨ ਹੋਵੇ। ਹੇਮਾ ਮਾਲਿਨੀ ਵਰਗੀ ਹੋ ਗਈ, ਕੰਗਨਾ ਰਣੌਤ ਵਰਗੇ ਹੋ ਗਏ, ਇਹਨਾਂ ਕੋਲ ਪੈਸਾ ਇੰਨਾ ਹੋ ਗਿਆ, ਇਹਨਾਂ ਕੋਲ ਸਰਮਾਇਆ ਇੰਨਾ ਹੋ ਗਿਆ, ਇਹਨਾਂ ਕੋਲ ਸੰਸਾਧਨ ਇੰਨੇ ਹੋ ਗਏ ਵੀ ਇਹ ਸਾਡੇ 'ਤੇ ਰਾਜ ਕਰ ਰਹੇ ਨੇ। ਕੰਗਨਾ ਰਣੌਤ ਦਾ ਤੁਸੀਂ ਦੇਖੋ ਨਾ, ਉਹਦੀ ਸਾਰੀ ਬੈਕਗਰਾਊਂਡ ਦੇਖੋ ਨਾ, ਕਿੰਨੇ ਫਿਲਮੀ ਸਟਾਰਾਂ ਨਾਲ ਇਸ਼ਕ ਲੜਾਇਆ, ਕਿੰਨਿਆਂ ਦੇ ਖਿਲਾਫ ਉਹਨੇ ਬਿਆਨ ਦਿੱਤੇ ਨੇ। ਸੋ ਇਹੋ ਜਿਹੇ ਲੋਕ ਸਾਡੇ ਸਿਰਾਂ 'ਤੇ ਬਿਠਾ ਕੇ ਸਾਡੇ ਦੇਸ਼ ਪੰਜਾਬ ਹੋਵੇ ਚਾਹੇ ਹਿੰਦੁਸਤਾਨ ਹੋਵੇ, ਸੱਤਾਧਾਰੀ ਤਰ ਸਾਨੂੰ ਇਹ ਨਕਸ਼ੇ ਕਦਮ 'ਤੇ ਇਹਨਾਂ 'ਤੇ ਚੱਲਣ ਨੂੰ ਕਹਿ ਰਹੇ ਹਾਂ, ਪਰ ਇਹਨਾਂ 'ਤੇ ਸਾਡਾ ਚੱਲਣ ਦਾ ਨਕਸ਼ੇ ਕਦਮ ਹੈ ਨਹੀਂ। ਸਾਡੇ ਨਕਸ਼ੇ ਨੇ ਮਿੱਥੇ ਨੇ ਗੁਰੂ ਗੋਬਿੰਦ ਸਿੰਘ ਨੇ, ਉਹਨਾਂ ਦੇ ਜਿਹੜੇ ਰਾਹ ਦਿਖਾਏ ਨੇ ਉਹਨਾਂ 'ਤੇ ਤੁਰਾਂਗੇ। ਸਾਡੇ ਸ਼ਹੀਦ ਨੇ ਕਰਤਾਰ ਸਿੰਘ ਸਰਾਭਾ, ਊਧਮ ਸਿੰਘ, ਸ਼ਹੀਦ ਆਜ਼ਮ ਭਗਤ ਸਿੰਘ, ਉਹਨਾਂ ਦੇ ਨਕਸ਼ੇ ਕਦਮਾਂ 'ਤੇ ਚੱਲਾਂਗੇ। ਸਾਡੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਨੇ, ਉਹਨਾਂ ਨੇ ਜਿਹੜੇ ਰਾਹ ਦਿਖਾਏ ਨੇ ਉਹਨਾਂ 'ਤੇ ਚੱਲਾਂਗੇ। ਸੋ ਕੰਗਨਾ ਵਰਗਿਆਂ ਨੂੰ ਅਸੀਂ ਕਦੇ ਵੀ ਫੋਲੋ ਨਹੀਂ ਕੀਤਾ। ਸੋ ਜਿਹੜੀ ਉਹਨੇ ਗੱਲ ਕਹੀ ਸੀ ਉਸ ਦਾ ਮੋੜਵਾ ਜਵਾਬ ਭਾਜੀ ਮੋੜੀ ਆ ਪੰਜਾਬ ਦੀ ਧੀ ਨੇ, ਅਤੇ ਸਾਰਾ ਪੰਜਾਬ ਉਸ ਦੇ ਨਾਲ ਖੜ੍ਹਾ। ਕੋਈ ਘਬਰਾਉਣ ਦੀ ਲੋੜ ਨਹੀਂ, ਹਰ ਇੱਕ ਜਥੇਬੰਦੀ, ਹਰ ਇੱਕ ਬੰਦਾ ਉਸ ਦੇ ਵਾਸਤੇ ਖੜ੍ਹਾ, ਮੋਢੇ ਨਾਲ ਮੋਢਾ ਲਾ ਕੇ। ਲੋਕਾਂ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੇ ਬਾਹਰ ਬੈਠੇ ਪੰਜਾਬੀ, ਉਹਨੂੰ ਕਿਸ ਤਰ੍ਹਾਂ ਦੀ ਸਪੋਰਟ ਕਰਨੀ ਚਾਹੀਦੀ? ਹੁਣ ਕੁਲਵਿੰਦਰ ਕੌਰ ਕਿਉਂਕਿ ਉਹਦੀ ਨੌਕਰੀ ਵੀ ਜਾਊਗੀ, ਉਹਨੂੰ ਜੇਲ੍ਹ ਵਿੱਚ ਵੀ ਉਹਦਾ ਜਾਣਾ ਪਵੇ, ਬਹੁਤ ਕੁਝ ਹੋਊਗਾ ਉਹਦੇ ਨਾਲ। ਦੇਖੋ ਹਰ ਸਮੇਂ ਜਿਹੜੀ ਮੈਂ ਗੱਲ ਕਰਾਂ, ਕੋਈ ਇਹ ਜ਼ਰੂਰੀ ਨਹੀਂ ਵੀ ਉਹ ਸਹੀ ਹੀ ਹੋਵੇ, ਠੀਕ ਆ, ਮੈਂ ਵੀ ਗਲਤ ਹੋ ਸਕਦਾ ਕਿਤੇ। ਉਸੇ ਤਰ੍ਹਾਂ ਜੇ ਤੁਸੀਂ ਪੁੱਛਿਆ ਵੀ ਬਾਹਰ ਬੈਠੇ ਐੱਨ ਆਰ ਆਈਆਂ ਨੂੰ ਵੀ ਕਿਸ ਤਰ੍ਹਾਂ ਦੀ ਸਪੋਰਟ ਕਰਨੀ ਚਾਹੀਦੀ, ਸੋ ਐੱਨ ਆਰ ਆਈ ਹਮੇਸ਼ਾ ਜਿਹੜੀ ਗੱਲ ਕਰਨ ਹਰ ਸਮੇਂ ਸਹੀ ਨਹੀਂ ਹੋ ਸਕਦੀ। ਸੋ ਹੁਣ ਇਸ ਮਸਲੇ 'ਚ, ਕੁਲਵਿੰਦਰ ਦੇ ਮਸਲੇ 'ਚ ਅਸੀਂ ਐੱਨ ਆਰ ਆਈ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਵੱਧ ਚੜ੍ਹ ਕੇ ਸਾਥ ਦਿਓ, ਪਰ ਗਿਲਾ ਐੱਨ ਆਰ ਆਈਆਂ 'ਤੇ ਵੀ ਇਹ ਭੰਡ ਲੋਕ ਜਿਹੜੇ ਆਮ ਆਦਮੀ ਦੇ, ਤੁਸੀਂ ਬਿਨ ਕੋਈ ਜਾਂਚੇ ਪਰਖੇ, ਕੋਈ ਇਹਨਾਂ ਦਾ ਕਰੈਕਟਰ ਨਹੀਂ ਦੇਖਿਆ, ਕੋਈ ਇਹਨਾਂ ਦਾ ਪਿੱਛੇ ਦਾ ਕੰਮ ਨਹੀਂ ਦੇਖਿਆ, ਜਿਹੜੇ ਸਾਡੇ ਸਿਰਾਂ 'ਤੇ ਐੱਨ ਆਰ ਆਈਆਂ ਨੇ ਉਦੋਂ ਸਪੋਰਟ ਕਰਕੇ ਆਮ ਆਦਮੀ ਬਿਠਾਤੀ ਸੀ ਨਾ, ਸੋ ਉਸ ਦਾ ਤਾਂ ਸਾਡੇ ਗਿਲਾ ਹੈਗਾ, ਪਰ ਐੱਨ ਆਰ ਆਈ ਨੇ ਵੱਡੇ ਪੱਧਰ 'ਤੇ ਸਾਡੀ ਹਮੇਸ਼ਾ ਸਪੋਰਟ ਕੀਤੀ ਆ, ਤਾਂ ਉਸਦਾ ਧੰਨਵਾਦ ਕਰਦੇ ਹਾਂ। ਅਤੇ ਇਸ ਮਸਲੇ 'ਚ ਵੀ ਉਹ ਸਾਥ ਦੇਣਗੇ, ਉਹ ਲੋਕ ਬੜੇ ਠੀਕ ਆ, ਐਜੂਕੇਟਡ ਬੰਦੇ ਨੇ। ਸੋ ਪਿੱਛੇ ਜੇ ਇਹ ਗੱਲਾਂ 'ਚ ਤਾਂ ਆ ਗਏ ਸੀ ਆਮ ਆਦਮੀ ਦੀ ਟੋਪੀ ਜਿਹੜੀ ਸੀਗੀ ਉਸ ਦੇ ਥੱਲੇ, ਸੋ ਹੁਣ ਇਹਨਾਂ ਦੀਆਂ ਗੱਲਾਂ 'ਚ ਨਹੀਂ ਆਉਣਗੇ। ਅੱਜ ਮੈਂ 92 ਨੂੰ ਪੁੱਛਦਾ, ਅੱਜ ਫਿਰ ਤੁਹਾਡੇ ਦੁਆਰਾ ਪੁੱਛਦਾ ਵੀ ਜਿਹੜੀ ਉੱਥੇ ਪੰਜਾਬ ਦੇ ਕਿਸੇ ਉੱਥੇ ਥਾਣੇ 'ਚ ਉਸਦੇ ਖਿਲਾਫ਼ FIR ਹੋਈ ਆ, ਤਾਂ ਉਸਨੂੰ ਫੜਿਆ ਗਿਆ, ਉਸਨੂੰ ਡਿਟੇਨ ਕੀਤਾ ਗਿਆ, ਤਾਂ ਇਹ ਪੰਜਾਬ ਸਰਕਾਰ ਜਵਾਬ ਦੇਵੇ ਆਮ ਆਦਮੀ ਦੀ ਵੀ ਪੰਜਾਬ ਦੇ ਹੱਕਾਂ ਦੀ ਗੱਲ ਕਰਨ ਵਾਲੇ ਲੋਕਾਂ ਨਾਲ ਕਦੋਂ ਤੱਕ ਇਸ ਤਰ੍ਹਾਂ ਦੀਆਂ ਚੀਜ਼ਾਂ ਪੰਜਾਬ ਸਰਕਾਰ ਕਰਦੀ ਰਹੂ ਜੀ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ, ਥੈਂਕ ਯੂ ਜੀ। ਅਤੇ ਗੱਲਬਾਤ ਕੀਤੀ ਸੁਖਵਿੰਦਰ ਕਲਕੱਤਾ ਜੀ ਦੇ ਨਾਲ, ਉਹਨਾਂ ਨੇ ਆਖਿਆ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਉਸ ਧੀ ਦੇ ਨਾਲ ਖੜ੍ਹਨ ਦੀ ਲੋੜ ਆ ਜਿਹਨੇ ਪੰਜਾਬ ਦੇ ਧੀਆਂ ਭੈਣਾਂ ਨੂੰ ਮਾੜਾ ਬੋਲਣ ਵਾਲੀ ਔਰਤ ਤੋਂ ਬਦਲਾ ਲਿਆ ਏ। ਉਮੀਦ ਕਰਦੇ ਹਾਂ ਲੋਕ ਸਾਥ ਦੇਣਗੇ। ਦੇਖਦੇ ਲੋਕਲ ਟੀਵੀ, ਧੰਨਵਾਦ।